ਅਸਲਾਮ ਅਲੈਕਮ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਵੀਰਾ ਬਿਲਕੁਲ ਠੀਕ ਹੋ ਸਨ ਇਹ ਜਨਾਬ ਮੇਰੇ ਆਯਾਮ ਸਮਾਨੀ ਦੇ ਚੈੱਕ ਸਨ ਇੰਡੋਨੇਸ਼ੀਆ ਬਰੀਡ ਦੇ ਤੇ ਮੈਂ ਕਾਰੀ ਸਾਹਿਬ ਲਾਇ ਦਿੱਤੇ ਨੇ ਇੱਕ ਦੋਸਤ ਤੋਂ ਅੱਲਾ ਉਹਨਾਂ ਨੇ ਜ਼ਦੇ ਵੇ ਕਾਰੀ ਸਾਹਿਬ ਨੇ ਮੇਰੇ ਨਾਲ ਬੜਾ ਹੀ ਤਾਵਨ ਕੀਤਾ ਹੈ ਨਿਹਾਇਤ ਹੀ ਅੱਛੇ ਇਨਸਾਨ ਨੇ ਵੀਰਾਂ ਇਹ ਇੱਕ ਨਵਾਂ ਤਜਰਬਾ ਤੇ ਨਵੀਂ ਤਬਦੀਲੀ ਇਹ ਜਨਾ ਮੈਂ ਚੂਜ਼ੇ ਲਵਣੇ ਆ ਨਾ ਯਾਮ ਸਮਾਨੀ ਦੇ ਤੇ ਬਰੂਡਰ ਦੇ ਵਿੱਚ ਪਾਲਣ ਵਾਸਤੇ ਮੇਰਾ ਦਿਲ ਨਾ ਕਰਦਾ ਪਿਆ ਮੈਂ ਆਖੇ ਕੋਈ ਦੇਸੀ ਟੋਟਕਾ ਲਾਈਏ ਮੈਂ ਕੁੱਕਰ ਦੇ ਥੱਲੇ ਦੋ ਦਿਹਾੜੇ ਰੱਖੇ ਨਾ ਅੰਡੇ ਤੇ ਤ੍ਰੀਏ ਦਿਹਾੜੇ ਵਾਂਝ ਕੇ ਉਤੋਂ ਚੂਜ਼ੇ ਆਂਦੇ ਤੇ ਚੂਜ਼ੇ ਰਾਤ ਨੂੰ ਮੁਰਗੀ ਦੇ ਥੱਲੇ ਰੱਖ ਛੋੜੇ ਤੇ ਹੁਣ ਆਏ ਵੇਖੋ ਜਨਾ ਮਾਸ਼ਾਅੱਲਾ ਹੈ ਸਾਰੇ ਚੂਚੇ ਜਨਾਬ ਨਾਰ ਰਲਾ ਕੇ ਤੋਂਨਾਂ ਚੁਗਾਂਦੇ ਫਿਰਦੇ ਹਾਲਾਂਕਿ ਇਹ ਚੂਚੇ ਹਫਤੇ ਹਫਤੇ ਦੇ ਇਨਾਂ ਚੂਚਿਆਂ ਤਾਂ ਕਾਇ ਨਹੀਂ ਸਮਝਾਂਦੀ ਕਿਉਂਕਿ ਇਹ ਨਿਕਲੇ ਨੇ ਇਨਕੂਬੇਟਰ ਦੇ ਤੇ ਕੁੱਕੜ ਦੀ ਕੋਕ ਕੋਕ ਦੀ ਇਨਾਂ ਨੂੰ ਤਸੋਰਾ ਜਾਂ ਇਹ ਪੌਂਦ ਦੀ ਕਾਇ ਨਾ ਖੱਬਾਂ ਤਲ ਲੁਕਦੇ ਡਾਡਣ ਤੇ ਉਹ ਵੀ ਨਾਰ ਰਲਾ ਕੇ ਚਰਾ ਰਹੀ ਏ ਵੇਖੋ ਨਾ ਜਨਾਬ ਨਵਾਂ ਤਜਰਬਾ ਤੇ ਨਵੀਂ ਤਬਦੀਲੀ ਤੇ ਇਹ ਜਿਹੜੇ ਵਿਰਾ ਲਾਇਆ ਵੈਂਦੇ ਤੇ ਬਰੂਡਰ ਡੁਟੇਨਦੇ ਤੇ ਜਨਾਬ ਮੋੜੋ ਚੂਚੇ ਅੱਦੇ ਮਾਰ ਵੈਂਦੇ ਤੇ ਅੱਦੇ ਜਿੰਦੇ ਰਹਿੰਦੇ ਓਏ ਮਿਹਰਬਾਨੀ ਕਰੋ ਕੁੱਕੇ ਨਾਲ ਲਈ ਕਰੋ ਤੇ ਜਨਾਬ ਨਹੀਂ ਤਾਂ ਇਸੇ ਤਰ੍ਹਾਂ ਦੇਸੀ ਤਜਰਬਾ ਤੇ ਦੇਸੀ ਟੋਟਕਿਆਂ ਨਾਲ ਕੰਮ ਦੰਦਾ ਕਰੋ